ਸ਼ਹੀਦੀ ਜੋੜ ਮੇਲ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਭਗਵੰਤ ਮਾਨ ਸਾਹਿਬ ਨੇ ਮੀਟਿੰਗ ਸੱਦੀ ਹੈ। ਮੀਟਿੰਗ ਦਾ ਸੱਦਾ ਉਹਨਾਂ ਨੇ ਪ੍ਰਸ਼ਾਸਨ ਨੂੰ ਦਿੱਤਾ ਹੈ। ਮੀਟਿੰਗ ਮੁੱਖ ਮੰਤਰੀ ਦੀ ਰਿਹਾਇਸ਼ ਦੇ ਉੱਤੇ ਹੋਵੇਗੀ ਅਤੇ ਮੀਟਿੰਗ ਦੇ ਵਿੱਚ ਕੀ ਚਰਚੇ ਹੋਣਗੇ ਉਹ ਤੁਹਾਨੂੰ ਦੱਸਦੇ ਹਾਂ। ਮੀਟਿੰਗ 12:30 ਵਜੇ ਦਾ ਟਾਈਮ ਹੈ। ਭਗਵੰਤ ਮਾਨ ਸਾਹਿਬ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਦਿਵਸ ਨੂੰ ਲੈ ਕੇ ਤਿਆਰੀਆਂ ਨੂੰ ਲੈ ਕੇ ਮੀਟਿੰਗ ਸੱਦੀ ਹੈ। ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਵੇਗੀ। ਮੀਟਿੰਗ ਦਾ ਟਾਈਮ ਉਹਨਾਂ ਨੇ 12:30 ਵਜੇ ਦਾ ਰੱਖਿਆ। ਮੀਟਿੰਗ ਦੇ ਵਿੱਚ ਕੀ ਗੱਲਾਂ ਹੁੰਦੀਆਂ ਨੇ ਅਤੇ ਕਿੱਦਾਂ ਤਿਆਰੀਆਂ ਹੋਣਗੀਆਂ, ਕੀ ਫੈਸਲੇ ਲਏ ਜਾਣਗੇ ਉਹ ਤੁਹਾਨੂੰ ਦੱਸਾਂਗੇ। ਮੁੱਖ ਮੰਤਰੀ ਦੀ ਰਿਹਾਇਸ਼ ਦੇ ਉੱਤੇ ਹੋਵੇਗੀ ਅਤੇ ਮੀਟਿੰਗ ਦੇ ਵਿੱਚ ਕੀ ਚਰਚੇ ਹੋਣਗੇ ਉਹ ਤੁਹਾਨੂੰ ਦੱਸਦੇ ਹਾਂ। ਮੀਟਿੰਗ 12:30 ਵਜੇ ਦਾ ਟਾਈਮ ਹੈ। ਭਗਵੰਤ ਮਾਨ ਸਾਹਿਬ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਦਿਵਸ ਨੂੰ ਲੈ ਕੇ ਤਿਆਰੀਆਂ ਨੂੰ ਲੈ ਕੇ ਮੀਟਿੰਗ ਸੱਦੀ ਹੈ। ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਵੇਗੀ। ਮੀਟਿੰਗ ਦਾ ਟਾਈਮ ਉਹਨਾਂ ਨੇ 12:30 ਵਜੇ ਦਾ ਰੱਖਿਆ। ਮੀਟਿੰਗ ਦੇ ਵਿੱਚ ਕੀ ਗੱਲਾਂ ਹੁੰਦੀਆਂ ਨੇ ਅਤੇ ਕਿੱਦਾਂ ਤਿਆਰੀਆਂ ਹੋਣਗੀਆਂ, ਕੀ ਫੈਸਲੇ ਲਏ ਜਾਣਗੇ ਉਹ ਤੁਹਾਨੂੰ ਦੱਸਾਂਗੇ। ਮੁੱਖ ਮੰਤਰੀ ਦੀ ਰਿਹਾਇਸ਼ ਦੇ ਉੱਤੇ ਹੋਵੇਗੀ ਅਤੇ ਮੀਟਿੰਗ ਦੇ ਵਿੱਚ ਕੀ ਚਰਚੇ ਹੋਣਗੇ ਉਹ ਤੁਹਾਨੂੰ ਦੱਸਦੇ ਹਾਂ। ਮੀਟਿੰਗ 12:30 ਵਜੇ ਦਾ ਟਾਈਮ ਹੈ। ਭਗਵੰਤ ਮਾਨ ਸਾਹਿਬ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਦਿਵਸ ਨੂੰ ਲੈ ਕੇ ਤਿਆਰੀਆਂ ਨੂੰ ਲੈ ਕੇ ਮੀਟਿੰਗ ਸੱਦੀ ਹੈ। ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਵੇਗੀ। ਮੀਟਿੰਗ ਦਾ ਟਾਈਮ ਉਹਨਾਂ ਨੇ 12:30 ਵਜੇ ਦਾ ਰੱਖਿਆ। ਮੀਟਿੰਗ ਦੇ ਵਿੱਚ ਕੀ ਗੱਲਾਂ ਹੁੰਦੀਆਂ ਨੇ ਅਤੇ ਕਿੱਦਾਂ ਤਿਆਰੀਆਂ ਹੋਣਗੀਆਂ, ਕੀ ਫੈਸਲੇ ਲਏ ਜਾਣਗੇ ਉਹ ਤੁਹਾਨੂੰ ਦੱਸਾਂਗੇ। ਮੁੱਖ ਮੰਤਰੀ ਦੀ ਰਿਹਾਇਸ਼ ਦੇ ਉੱਤੇ ਹੋਵੇਗੀ ਅਤੇ ਮੀਟਿੰਗ ਦੇ ਵਿੱਚ ਕੀ ਚਰਚੇ ਹੋਣਗੇ ਉਹ ਤੁਹਾਨੂੰ ਦੱਸਦੇ ਹਾਂ। ਮੀਟਿੰਗ 12:30 ਵਜੇ ਦਾ ਟਾਈਮ ਹੈ। ਭਗਵੰਤ ਮਾਨ ਸਾਹਿਬ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਦਿਵਸ ਨੂੰ ਲੈ ਕੇ ਤਿਆਰੀਆਂ ਨੂੰ ਲੈ ਕੇ ਮੀਟਿੰਗ ਸੱਦੀ ਹੈ। ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਵੇਗੀ। ਮੀਟਿੰਗ ਦਾ ਟਾਈਮ ਉਹਨਾਂ ਨੇ 12:30 ਵਜੇ ਦਾ ਰੱਖਿਆ। ਮੀਟਿੰਗ ਦੇ ਵਿੱਚ ਕੀ ਗੱਲਾਂ ਹੁੰਦੀਆਂ ਨੇ ਅਤੇ ਕਿੱਦਾਂ ਤਿਆਰੀਆਂ ਹੋਣਗੀਆਂ, ਕੀ ਫੈਸਲੇ ਲਏ ਜਾਣਗੇ ਉਹ ਤੁਹਾਨੂੰ ਦੱਸਾਂਗੇ। ਮੁੱਖ ਮੰਤਰੀ ਦੀ ਰਿਹਾਇਸ਼ ਦੇ ਉੱਤੇ ਹੋਵੇਗੀ ਅਤੇ ਮੀਟਿੰਗ ਦੇ ਵਿੱਚ ਕੀ ਚਰਚੇ ਹੋਣਗੇ ਉਹ ਤੁਹਾਨੂੰ ਦੱਸਦੇ ਹਾਂ। ਮੀਟਿੰਗ 12:30 ਵਜੇ ਦਾ ਟਾਈਮ ਹੈ। ਭਗਵੰਤ ਮਾਨ ਸਾਹਿਬ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਦਿਵਸ ਨੂੰ ਲੈ ਕੇ ਤਿਆਰੀਆਂ ਨੂੰ ਲੈ ਕੇ ਮੀਟਿੰਗ ਸੱਦੀ ਹੈ। ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਵੇਗੀ। ਮੀਟਿੰਗ ਦਾ ਟਾਈਮ ਉਹਨਾਂ ਨੇ 12:30 ਵਜੇ ਦਾ ਰੱਖਿਆ। ਮੀਟਿੰਗ ਦੇ ਵਿੱਚ ਕੀ ਗੱਲਾਂ ਹੁੰਦੀਆਂ ਨੇ ਅਤੇ ਕਿੱਦਾਂ ਤਿਆਰੀਆਂ ਹੋਣਗੀਆਂ, ਕੀ ਫੈਸਲੇ ਲਏ ਜਾਣਗੇ ਉਹ ਤੁਹਾਨੂੰ ਦੱਸਾਂਗੇ। ਮੁੱਖ ਮੰਤਰੀ ਦੀ ਰਿਹਾਇਸ਼ ਦੇ ਉੱਤੇ ਹੋਵੇਗੀ ਅਤੇ ਮੀਟਿੰਗ ਦੇ ਵਿੱਚ ਕੀ ਚਰਚੇ ਹੋਣਗੇ ਉਹ ਤੁਹਾਨੂੰ ਦੱਸਦੇ ਹਾਂ। ਮੀਟਿੰਗ 12:30 ਵਜੇ ਦਾ ਟਾਈਮ ਹੈ। ਭਗਵੰਤ ਮਾਨ ਸਾਹਿਬ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਦਿਵਸ ਨੂੰ ਲੈ ਕੇ ਤਿਆਰੀਆਂ ਨੂੰ ਲੈ ਕੇ ਮੀਟਿੰਗ ਸੱਦੀ ਹੈ। ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਵੇਗੀ। ਮੀਟਿੰਗ ਦਾ ਟਾਈਮ ਉਹਨਾਂ ਨੇ 12:30 ਵਜੇ ਦਾ ਰੱਖਿਆ। ਮੀਟਿੰਗ ਦੇ ਵਿੱਚ ਕੀ ਗੱਲਾਂ ਹੁੰਦੀਆਂ ਨੇ ਅਤੇ ਕਿੱਦਾਂ ਤਿਆਰੀਆਂ ਹੋਣਗੀਆਂ, ਕੀ ਫੈਸਲੇ ਲਏ ਜਾਣਗੇ ਉਹ ਤੁਹਾਨੂੰ ਦੱਸਾਂਗੇ। ਮੁੱਖ ਮੰਤਰੀ ਦੀ ਰਿਹਾਇਸ਼ ਦੇ ਉੱਤੇ ਹੋਵੇਗੀ ਅਤੇ ਮੀਟਿੰਗ ਦੇ ਵਿੱਚ ਕੀ ਚਰਚੇ ਹੋਣਗੇ ਉਹ ਤੁਹਾਨੂੰ ਦੱਸਦੇ ਹਾਂ। ਮੀਟਿੰਗ 12:30 ਵਜੇ ਦਾ ਟਾਈਮ ਹੈ। ਭਗਵੰਤ ਮਾਨ ਸਾਹਿਬ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਦਿਵਸ ਨੂੰ ਲੈ ਕੇ ਤਿਆਰੀਆਂ ਨੂੰ ਲੈ ਕੇ ਮੀਟਿੰਗ ਸੱਦੀ ਹੈ। ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਵੇਗੀ। ਮੀਟਿੰਗ ਦਾ ਟਾਈਮ ਉਹਨਾਂ ਨੇ 12:30 ਵਜੇ ਦਾ ਰੱਖਿਆ। ਮੀਟਿੰਗ ਦੇ ਵਿੱਚ ਕੀ ਗੱਲਾਂ ਹੁੰਦੀਆਂ ਨੇ ਅਤੇ ਕਿੱਦਾਂ ਤਿਆਰੀਆਂ ਹੋਣਗੀਆਂ, ਕੀ ਫੈਸਲੇ ਲਏ ਜਾਣਗੇ ਉਹ ਤੁਹਾਨੂੰ ਦੱਸਾਂਗੇ। ਮੁੱਖ ਮੰਤਰੀ ਦੀ ਰਿਹਾਇਸ਼ ਦੇ ਉੱਤੇ ਹੋਵੇਗੀ ਅਤੇ ਮੀਟਿੰਗ ਦੇ ਵਿੱਚ ਕੀ ਚਰਚੇ ਹੋਣਗੇ ਉਹ ਤੁਹਾਨੂੰ ਦੱਸਦੇ ਹਾਂ। ਮੀਟਿੰਗ 12:30 ਵਜੇ ਦਾ ਟਾਈਮ ਹੈ। ਭਗਵੰਤ ਮਾਨ ਸਾਹਿਬ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਦਿਵਸ ਨੂੰ ਲੈ ਕੇ ਤਿਆਰੀਆਂ ਨੂੰ ਲੈ ਕੇ ਮੀਟਿੰਗ ਸੱਦੀ ਹੈ। ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਵੇਗੀ। ਮੀਟਿੰਗ ਦਾ ਟਾਈਮ ਉਹਨਾਂ ਨੇ 12:30 ਵਜੇ ਦਾ ਰੱਖਿਆ। ਮੀਟਿੰਗ ਦੇ ਵਿੱਚ ਕੀ ਗੱਲਾਂ ਹੁੰਦੀਆਂ ਨੇ ਅਤੇ ਕਿੱਦਾਂ ਤਿਆਰੀਆਂ ਹੋਣਗੀਆਂ, ਕੀ ਫੈਸਲੇ ਲਏ ਜਾਣਗੇ ਉਹ ਤੁਹਾਨੂੰ ਦੱਸਾਂਗੇ।